ਲਓ ਦੋਸਤੋ ਜੀ, ਟਾਇਰ ਮਾਸ਼ਾਅੱਲਾ ਦੀ ਸਟੱਪਣੀ ਹੋ ਚੁੱਕੀ ਹੈ ਚੇਂਜ, ਦੂਸਰਾ ਟਾਇਰ ਉੱਪਰ ਰੱਖ ਦਿੱਤਾ, ਉਹਨੂੰ ਜਾ ਕੇ ਲਗਵਾਉਂਦੇ ਹਾਂ ਪੈਂਚਰ। ਅਸਲਾਮ ਵਾਲੇਕੁਮ ਦੋਸਤੋ, ਵੈਲਕਮ ਅਗੇਨ ਵਿਦ ਅਦਨਾਨ ਵਿਲੇਜ ਵਲੌਗ। ਕੀ ਹਾਲ ਚਾਲ ਹੈ ਜੀ? ਉਮੀਦ ਕਰਦੇ ਤੁਸੀਂ ਮਾਸ਼ਾਅੱਲਾ ਸਾਰੇ ਫਿੱਟ ਫਾਟ ਹੋਵੋਗੇ। ਦੋਸਤੋ, ਨਮਾਜ਼ ਮਗਰਬ ਦਾ ਟਾਈਮ ਹੋਣ ਵਾਲਾ ਹੈ ਅਤੇ ਸਾਡੇ ਪਿੰਡ ਆਈ ਹੋਈ ਤਬਲੀਗੀ ਜਮਾਤ ਅਤੇ ਜਮਾਤ ਦੇ ਸਾਥੀ ਮੈਨੂੰ ਮਿਲੇ ਜੀ ਹੁਣ ਬਾਜ਼ਾਰ ਵਿੱਚ, ਅਤੇ ਉਹਨਾਂ ਨੇ ਮੈਨੂੰ ਦਾਵਤ ਦਿੱਤੀ ਹੈ ਕਿ ਆਓ ਬਾਈਜਾਨ ਮਸਜਿਦ ਵਿੱਚ, ਅੱਲਾਹ ਦੇ ਰਸੂਲ ਦੀ ਗੱਲਬਾਤ ਹੋਏਗੀ। ਮੈਂ ਕਿਹਾ ਸਰ, ਤਾਬੇਦਾਰ ਵਜ਼ੂ ਕਰਕੇ ਤੁਹਾਡਾ ਭਰਾ ਜਾਣ ਲੱਗਾ ਜੀ ਮਸਜਿਦ ਦੇ ਵਿੱਚ। ਦੀਨ ਦੀ ਨਿਸਬਤ ਨਾਲ ਉਹ ਆਏ ਅਤੇ ਆਪਾਂ ਵੀ ਦੀਨ ਦੀ ਨਿਸਬਤ ਨਾਲ ਜਾ ਕੇ ਗੱਲਬਾਤ ਕਰਨੀ ਤਾਂ ਕਿ ਉਹਨਾਂ ਦੀ ਵੀ ਹੌਸਲਾ ਅਫਜ਼ਾਈ ਹੋਵੇ। ਵਿਚਾਰੇ ਇੰਨੀ ਦੂਰੋਂ ਆਏ ਨੇ ਅਤੇ ਹੁਣ ਆਪਾਂ ਬਿਲਾ ਤਖੀਰ ਨਿਕਲਦੀ ਮਸਜਿਦ ਦੀ ਤਰਫ਼, ਕਿਉਂਕਿ ਅਜ਼ਾਨ ਮਗਰਬ ਸ਼ੁਰੂ ਹੋਣ ਵਾਲੀ ਆ। ਉਹ ਦੋਸਤੋ, ਨਮਾਜ਼ ਮਗਰਬ ਪੜ੍ਹ ਕੇ ਮਾਸ਼ਾਅੱਲਾ ਘਰ ਆ ਚੁੱਕੇ ਜੀ, ਬਿਆਨ ਵਗੈਰਾ ਸੁਣ ਕੇ, ਅਤੇ ਘਰ ਪੱਕਿਆ ਜੀ ਭਿੰਡੀ ਅਤੇ ਚਿਕਨ ਦਾ ਸਾਲਨ ਅਤੇ ਨਾਲ ਰੋਟੀਆਂ ਗਰਮ ਗਰਮ ਆ ਚੁੱਕਿਆ ਜੀ। ਹੁਣ ਲੰਗਰ ਪਾਣੀ ਛੱਕਦੇ ਹਾਂ ਜੀ, ਆ ਜਾਓ ਤੁਸੀਂ ਸਾਰੇ ਜਿਹਨਾਂ ਜਿਹਨੇ ਮਾਸ਼ਾਅੱਲਾ ਖਾਣਾ ਸਾਡੇ ਨਾਲ ਖਾਣਾ। ਲਓ ਦੋਸਤੋ, ਤੁਹਾਡਾ ਭਰਾ ਮਾਸ਼ਾਅੱਲਾ ਚੱਲਿਆ ਜੀ ਨਾਸ਼ਤਾ ਪਾਣੀ ਕਰਕੇ ਕੰਮ 'ਤੇ। ਸੁਨੈਣ ਬਾਈ ਵੀ ਦੇਖ ਸਕਦੇ ਹੋ, ਆ ਗਿਆ ਜੀ ਸਾਈਕਲ ਸਿੱਟ ਕੇ ਬਾਹਰੋਂ, ਅਤੇ ਭੱਜ ਰਿਹਾ ਜੀ ਅੰਦਰ, ਅਤੇ ਕਹਿ ਰਹੇ ਡੱਬਾ ਤੁਹਾਡੇ ਭਰਾ ਦਾ ਹੋ ਚੁੱਕਾ ਰੈਡੀ, ਅਤੇ ਹੁਣ ਮਾਸ਼ਾਅੱਲਾ ਨਿਕਲਦੇ ਜੀ ਕੰਮ 'ਤੇ, ਅਤੇ ਅੱਗੇ ਦੀਆਂ ਅੱਗੇ ਰੱਬ ਜਾਣਦਾ ਜੀ। ਦੋਸਤੋ, ਕੰਮ ਹੋ ਗਿਆ ਜੀ ਖਰਾਬ, ਗੱਡੀ ਘਰੋਂ ਕੱਢੀ ਆ ਅਤੇ ਟਾਇਰ ਹੋ ਗਿਆ ਜੀ ਪੈਂਚਰ, ਫਰੰਟ ਟਾਇਰ ਪੈਂਚਰ ਹੋ ਗਿਆ ਵਾ ਘਰੋਂ, ਅਤੇ ਭਾਈ ਜੈਨ ਨੂੰ ਫੋਨ ਕੀਤਾ ਹੁਣ ਮੈਂ, ਉਹ ਆਉਂਦੇ ਬਾਹਰ ਅਤੇ ਉੱਤੋਂ ਸਟੱਪਣੀ ਵਗੈਰਾ ਪਈ ਹੈ, ਅਤੇ ਇਹਨੂੰ ਟਾਇਰ ਨੂੰ ਚੇਂਜ ਕਰਦੇ ਹਾਂ। ਬੱਚੇ ਵੀ ਸਕੂਲ ਵਾਲੇ ਤਿਆਰ ਹੋ ਕੇ ਜਾਣਾ ਸ਼ੁਰੂ ਹੋ ਗਿਆ ਅਤੇ ਲੇਟ ਹੋ ਰਹੇ ਹਾਂ, ਟਾਇਰ ਬਦਲਦੇ ਹੁਣ ਆਪਾਂ। ਦੋਸਤੋ, ਟਾਇਰ ਸਟੱਪਣੀ ਵੀ ਥੱਲੇ ਲਾ ਲਈ ਆਪਾਂ, ਅਤੇ ਉਹ ਜੈਕ ਵੀ ਕੱਢ ਲਿਆ ਵਾ, ਅਤੇ ਉਹ ਗੋਟੀ ਰਾਡ ਜਿਹੜਾ ਹੁੰਦਾ ਵਾ ਜਿਹਨੇ ਆਪਾਂ ਨੈੱਟ ਖੋਲ੍ਹਣੇ ਆ, ਉਹ ਘਰ ਪਿਆ ਵਾ ਬਾਈ ਚਾਂਸ, ਤਾਂ ਬਾਈ ਜੈਦ ਘਰ ਗਏ ਲੈਣ। ਉਹ ਆਉਂਦੇ ਆ ਅਤੇ ਆਪਾਂ ਟਾਇਰ ਵਗੈਰਾ ਚੇਂਜ ਕਰਦੇ ਹਾਂ, ਅਤੇ ਕਹਿੰਦੇ ਨਾ ਕਾਲੀਆਂ ਅੱਗੇ ਟੋਏ, ਅੱਜ ਜਿੰਨੀ ਜਲਦੀ ਸੀ ਉਨਾ ਬੰਦਾ ਹੋ ਜਾਂਦਾ ਲੇਟ, ਤੋ ਕਾਹਲੀ ਨਹੀਂ ਕਰਨੀ ਚਾਹੀਦੀ, ਸਕੂਨ ਨਾਲ ਕੰਮ ਕਰਨਾ ਚਾਹੀਦਾ। ਆਖੋ ਅੱਜ ਕਾਹਲੀ ਸੀ ਮੈਨੂੰ, ਅਤੇ ਕਾਹਲੀ ਦਾ ਨਤੀਜਾ ਕੀ ਹੋਇਆ ਕਿ ਮੇਰਾ ਟਾਇਰ ਸੁਬਹਾ ਸੁਬਹਾ ਹੋ ਗਿਆ ਪੈਂਚਰ, ਅਤੇ ਹੁਣ ਇਹਨੂੰ ਪੈਂਚਰ ਲਗਾਉਣੇ ਆ, ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਨਿਕਲਦੇ ਜੀ ਕੰਮ 'ਤੇ। ਲਓ ਦੋਸਤੋ ਜੀ, ਟਾਇਰ ਮਾਸ਼ਾਅੱਲਾ ਦੀ ਸਟੱਪਣੀ ਹੋ ਚੁੱਕੀ ਹੈ ਚੇਂਜ, ਦੂਸਰਾ ਟਾਇਰ ਉੱਪਰ ਰੱਖ ਦਿੱਤਾ, ਉਹਨੂੰ ਜਾ ਕੇ ਲਗਵਾਉਂਦੇ ਹਾਂ ਪੈਂਚਰ, ਅਤੇ ਬਸ ਆਹ ਬਾਈ ਇੱਕ ਦੋ ਮਿੰਟ ਦਾ ਕੰਮ ਰਹਿ ਗਿਆ, ਇਨਸ਼ਾਅੱਲਾ ਫਿਰ ਨਿਕਲਦੇ ਹਾਂ ਜੀ ਕੰਮ 'ਤੇ। ਲਓ ਦੋਸਤੋ, ਸਟੱਪਣੀ ਹੋ ਚੁੱਕੀ ਹੈ ਜੀ ਚੇਂਜ, ਠੀਕ ਹੈ, ਅਤੇ ਦੂਸਰਾ ਟਾਇਰ ਛੱਤ 'ਤੇ ਰੱਖ ਲਿਆ, ਉਹ ਜਾਣ ਲੱਗੇ ਪੰਪ 'ਤੇ ਦੇ ਜਾਂਗੇ, ਉਹ ਪੈਂਚਰ ਲਗਾ ਦੇਣਗੇ, ਅਤੇ ਕੰਮ ਤੋਂ ਵਾਪਸੀ 'ਤੇ ਸਲੋ ਸਲੋ ਕੰਮ ਕਰ ਲਾਂਗੇ ਸਟੱਪਣੀ 'ਤੇ, ਕੰਮ ਤੋਂ ਵਾਪਸੀ 'ਤੇ ਟਾਇਰ ਚੇਂਜ ਕਰਵਾ ਲਾਂਗੇ। ਮਿਹਰਬਾਨੀ ਬਾਈ ਜ਼ੈਦ ਜਿਨ੍ਹਾਂ ਨੇ ਇੰਨਾ ਤਾਵਨ ਕੀਤਾ ਕਿ ਸੁਬਹ ਸੁਬਹ ਆਪਣੀ ਸਟੱਪਣੀ ਬਦਲ ਕੇ ਚਲੇ ਗਏ ਘਰ, ਆਪਾਂ ਵੀ ਹੁਣ ਬਿਲਾ ਤਖੀਰ ਨਿਕਲੇ ਜੀ ਕੰਮ 'ਤੇ। ਲਓ ਦੋਸਤੋ, ਕੰਮ ਤੋਂ ਆ ਚੁੱਕਾ ਜੀ ਮੈਂ ਵਾਪਸ, ਅਤੇ ਇਸ ਟਾਈਮ ਮੈਂ ਅੱਜ ਕੱਲ੍ਹ ਸਲਮਾਨ ਟਾਇਰ ਸ਼ੋਪ 'ਤੇ ਨਿਯਮਤ ਪੈਟਰੋਲੀਅਮ ਸਰਵਿਸ 'ਤੇ, ਬਾਈ ਟਾਇਰ ਚੇਂਜ ਕਰਦੇ ਪਏ ਨੇ। ਬਾਈ ਨੂੰ ਮੈਂ ਪੁੱਛਿਆ ਕੀ ਮਸਲਾ ਹੋਇਆ, ਬਾਈ ਕਹਿੰਦੇ ਕੋਈ ਮਸਲਾ ਨਹੀਂ, ਸਿਰਫ ਵਾਲ ਲੀਕ ਹੋਇਆ, ਅਤੇ ਬਾਈ ਹੁਣ ਟਾਇਰ ਫਿਕਸ ਕਰਦੇ ਨੇ। ਟਾਇਰ ਫਿਕਸ ਕਰਵਾਉਣ ਤੋਂ ਬਾਅਦ ਆਪਾਂ ਚੱਲਦੇ ਨੇ ਕਸਵਾਲ ਸ਼ਹਿਰ ਮਾਰਕੀਟ ਵਿੱਚ, ਅਤੇ ਆਪਣਾ ਸਮਾਨ ਵਗੈਰਾ ਲੈਂਦੇ ਹਾਂ। ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਹੈ ਦੋਸਤੋ, ਕਿ ਗਰਮੀ ਬਰਦਾਸ਼ਤ ਤੋਂ ਬਾਹਰ ਆ। ਲੋ ਫਰੈਂਡਸ, ਮਾਸ਼ਾਅੱਲਾ ਜੀ ਤੁਹਾਡਾ ਭਰਾ ਫੁੱਲ ਗਰਮੀ 'ਚ ਕੰਮ ਕਰਕੇ ਸਮਾਨ ਲੈ ਕੇ ਘਰ ਆ ਚੁੱਕਾ ਜੀ ਵਾਪਸ, ਅਤੇ ਟਾਈਮ ਹੋ ਗਿਆ 4:15, ਅਤੇ ਮਾਸ਼ਾਅੱਲਾ ਹੁਣ ਅਸੀਂ ਕਰਨ ਲੱਗੇ ਜੀ ਆਪਣਾ ਦੁਪਹਿਰ ਦਾ ਖਾਣਾ, ਕਿਉਂਕਿ ਜਲਦੀ ਆ ਗਏ ਘਰ 2 ਵਜੇ ਨਾਲ। ਅੱਜ ਘਰ ਪੱਕਿਆ ਜੀ ਰਾਈਸ ਖਾਂਦੇ ਹਾਂ ਜੀ, ਆ ਜਾਓ ਮੇਰੇ ਯਾਰ ਮਿੱਤਰੋ ਜਿਹੜੇ ਜਿੰਨੇ ਖਾਣੇ ਮਿਲਣਾ ਚਾਵਲ, ਅਤੇ ਮੈਂ ਖਾ ਰਿਹਾ ਜੀ ਆਪਣਾ ਲੰਗਰ ਪਾਣੀ ਛੱਕਦਾ, ਉਸ ਤੋਂ ਬਾਅਦ ਆਪਣਾ ਗੱਪ ਸ਼ੱਪ ਕਰਦੇ ਇਨਸ਼ਾਅੱਲਾ। ਲੋ ਦੋਸਤੋ, ਅੱਖ ਲੱਗ ਗਈ, ਪਤਾ ਨਹੀਂ ਲੱਗਿਆ ਸੌ ਕੇ ਮੈਂ ਉੱਠਿਆ, ਅਤੇ ਮੈਂ ਕਿਹਾ ਯਾਰ ਘਰ ਹੋਇਆ ਪਿਆ ਆਪਣਾ ਗੰਦਾ, ਅਤੇ ਇਹਨੂੰ ਕਰੀਏ ਨੀਟ, ਠੀਕ ਹੈ। ਤੁਹਾਡੇ ਭਰਾ ਨੇ ਕੱਢਿਆ ਪਾਈਪ ਆ ਪਿਆ ਜੀ ਇੱਥੋਂ ਸਾਰਾ ਜੀ, ਆਪਣਾ ਸੇਨ ਸੂਨ ਧੋ ਕੇ ਆਪਣਾ ਜਿੱਥੇ ਗੱਡੀ ਛੱਡੀ ਖੜੀ ਖੜੀ ਦੀ ਗੱਡੀ ਮੈਂ ਅੱਗੇ ਲੈ ਗਿਆ। ਮੈਂ ਕਿਹਾ ਯਾਰ ਇੱਥੋਂ ਸਾਫ਼ ਕਰੀ ਸਾਰਾ ਆਪਣਾ ਗਰਾਜ ਟਾਈਪ ਪੋਰਸ਼ਨ ਸਾਰਾ ਧੋਤਾ, 12ਵੇਂ ਹਜੇ ਬੁੱਕਰਾਂ ਮੇਰੀਆਂ ਉਵੇਂ ਪਈਆਂ ਅੰਦਰ ਰੱਖਣ ਵਾਲੀਆਂ, ਤੁਸੀਂ ਦੇਖ ਸਕਦੇ ਹੋ। ਦੋਸਤੋ, ਅੱਜ ਤਾਂ ਇੰਤਹਾ ਦੀ ਗਰਮੀ, ਇੰਨੀ ਗਰਮੀ
ਕਿ ਵੈਸੇ ਕੋਈ ਬੰਦਾ ਪਰੇਸ਼ਾਨ ਹੋ ਜਾਵੇ, ਗੱਡੀ ਗਰਮ, ਹਰ ਜਿੱਥੇ ਚੀਜ਼ ਨੂੰ ਹੱਥ ਲਾਓ, ਦਿਲ ਘਬਰਾ ਰਿਹਾ ਏ, ਤਾਂ ਬਸ ਕੋਸ਼ਿਸ਼ ਇਹ ਕਰੋ ਕਿ ਆਪਣਾ ਖਿਆਲ ਰੱਖੋ, ਪਾਣੀ ਸ਼ਾਨੀ ਨਾ ਰੱਖੋ, ਕੋਈ ਕੈਪ ਵਗੈਰਾ, ਕੋਈ ਕੱਪੜਾ ਕੁਪੜਾ ਨਾਲ, ਕਿਉਂਕਿ ਯਕਦਮ ਗਰਮੀ ਦੀ ਸ਼ਿੱਦਤ 2-3 ਦਿਨ ਤੋਂ ਬਹੁਤ ਤੇਜ਼ ਹੋ ਗਈ ਆ, ਅਤੇ ਗਰਮੀ ਬੀਅਰੇਬਲ ਹੋ ਗਈ, ਬਰਦਾਸ਼ਤ ਨਹੀਂ ਹੁੰਦੀ। ਅਤੇ ਹੁਣ ਤੁਹਾਡਾ ਭਰਾ ਦੀ ਹਾਲਤ ਵੇਖ ਸਕਦੇ ਹੋ, ਹੁਣ ਆਪਾਂ ਨਹਾ ਨਹੂ ਕੇ ਜ਼ਰਾ ਹੋ ਲਈਏ ਫਰੈਸ਼, ਅਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ। ਫਰੈਸ਼ ਹੋ ਕੇ ਨਹਾ ਧੋ ਕੇ ਮੈਂ ਕਿਹਾ ਜੀ ਛੱਤ 'ਚ ਆ ਜਾਓ, ਤੁਹਾਨੂੰ ਪਤਾ ਤੁਹਾਡਾ ਭਰਾ ਛੱਤ 'ਤੇ ਆਵੇ ਅਤੇ ਤੁਹਾਨੂੰ ਸੂਰਜ ਡੁੱਬਦਾ ਨਾ ਵਹਾਵੇ, ਇਹ ਹੋ ਨਹੀਂ ਸਕਦਾ। ਤੁਸੀਂ ਦੇਖ ਸਕਦੇ ਹੋ ਜੀ ਕਿ ਸੂਰਜ ਬਿਲਕੁਲ ਡੁੱਬਣ ਦੇ ਕਰੀਬ ਪਹੁੰਚ ਚੁੱਕਿਆ, 15-20 ਮਿੰਟ ਰਹਿ ਗਏ ਨੇ ਨਮਾਜ਼ੇ ਮਗਰਬ ਦੇ ਵਿੱਚ, ਠੀਕ ਹੈ। ਅਤੇ ਅੱਜ ਦਾ ਪੈਗਾਮ ਇੱਕ ਮੈਸੇਜ ਤੁਹਾਨੂੰ ਸ਼ੇਅਰ ਕਰਨਾ ਚਾਹਾਂਗੇ ਕਿ ਸਾਰੇ ਇੱਕ ਦੂਜੇ ਨਾਲ ਅੱਛੇ ਤਰੀਕੇ ਨਾਲ ਪੇਸ਼ ਆਓ, ਮੁਸਲਮਾਨ ਹੋਣ ਦੇ ਅਸੀਅਤ ਦੇ ਨਾਲ, ਠੀਕ ਹੈ। ਅਤੇ ਆਪਣੇ ਜ਼ਰਾ ਕੋਸ਼ਿਸ਼ ਇਹ ਕਰੋ ਦੋਸਤੋ ਕਿ ਆਪਣੇ ਹਮਸਾਇਆਂ ਦਾ ਖਿਆਲ ਰੱਖੋ, ਕਿਉਂਕਿ ਇੱਕ ਹਕੂਕੁੱਲਾ ਆ ਜਾਂਦੇ, ਇੱਕ ਹਕੂਕੁੱਲਾਬਾਦ ਦੇ ਬਾਰੇ ਬਹੁਤ ਜ਼ਿਆਦਾ ਸਖਤੀ ਹੈ। ਅਤੇ ਆਪਣੇ ਪੜੋਸੀਆਂ ਦੇ ਹਕੂਕ ਦੀ ਕੋਸ਼ਿਸ਼ ਕਰਿਆ ਕਰੋ ਜਿੰਨੇ ਤੁਹਾਡੇ ਕੋਲ ਅਦਾ ਹੋ ਸਕਣ। ਉਸ ਤੋਂ ਇਲਾਵਾ ਕਿਸੇ ਦੀ ਕੋਈ ਵੀ ਹੈਲਪ, ਛੋਟੀ ਮੋਟੀ, ਕੋਈ 5-10 ਰੁਪਏ 100-50 ਦੇ ਨਾਲ, ਅਗਰ ਕਿਸੇ ਦਾ ਕੋਈ ਕੰਮ ਹੁੰਦਾ ਤੁਹਾਡੀ ਵਜ੍ਹਾ ਨਾਲ, ਤਾਂ ਆਪਣਾ ਜ਼ਰੂਰ ਕਰਿਆ ਕਰੋ। ਅਤੇ ਸੁਬਹਾ ਕੰਮ ਤੋਂ ਜਾਣ ਤੋਂ ਪਹਿਲੇ ਸਦਕਾ ਦੇ ਕੇ ਜ਼ਰੂਰ ਨਿਕਲਿਆ ਕਰੋ। ਐਸੇ ਅੱਛੇ ਗੱਲ ਦੇ ਇਖਤਾਮ ਦੇ ਨਾਲ ਅੱਜ ਦੇ ਵਲੋਗ ਨੂੰ ਕਰਦੇ ਜੀ ਖਤਮ, ਅਤੇ ਇਨਸ਼ਾਅੱਲਾ ਜੀ ਸੁਬਹਾ ਮੁਲਾਕਾਤ ਹੋਏਗੀ। ਅਤੇ ਤਦ ਤੱਕ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਸੱਜਣਾਂ ਨੂੰ ਲਵ ਯੂ ਅਲੀ, ਟਰੱਕ ਭਰ ਕੇ।